ਤੁਹਾਡਾ ਪਾਸਪੋਰਟ ਕੈਂਸਲ ਵੀ ਹੋ ਗਿਆ ਤੁਸੀਂ ਉਹ ਵੀ ਨਾਲ ਅਟੈਚ ਕਰ ਸਕਦੇ ਹੋ। ਅਸੀਂ ਉਹਨੂੰ ਨੋਟਰੀ ਅਟੈਸਟ ਜ਼ਰੂਰ ਕਰਵਾਉਣਾ ਹੈ ਕਿ ਮੇਰੀ ਐਪਲੀਕੇਸ਼ਨ ਆ ਉਹ ਆਲਮੋਸਟ 9 months ਦੇ ਵਿੱਚ ਅਪਰੂਵ ਹੋ ਕੇ ਆ ਗਈ ਸੀਗੀ। ਸੋ ਜੇ ਤੁਸੀਂ ਵੀ ਇਹ ਸਾਰੇ ਡਾਕੂਮੈਂਟਸ ਨਾਲ ਫਸਟ ਟਾਈਮ ਦੇ ਵਿੱਚ ਹੀ ਅਟੈਚ ਕਰ ਦਿੰਦੇ ਹੋ ਤਾਂ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਫਸਟ ਟਾਈਮ ਹੀ ਅਪਰੂਵ ਹੋ ਜਾਊਗੀ ਵਿਦਆਊਟ ਐਨੀ ਡਾਕੂਮੈਂਟੇਸ਼ਨ ਆਸਕ। वेलकम बैक टू द चैनल रमन व्लॉग्स। सो अज की वीडियो में मैं ग्रैंड पेरेंट्स के पेरेंट्स जी एप्लीकेशन 2023 लोग लगा रहे हैं उन्होंने बारे गल करूँगा। जिहड़ियां तीन मेन मिसटेक्स या जिहड़ियां मेन रिक्वायरमेंट्स IRCC वालों मंगियां गईयां ने ते आपां नूं बहुत सारिआं नूं इह बहुत ज़्यादा कन्फ्यूजन हुंदी आ इन्हां तिन्नां गल्लां करके ते इह कन्फ्यूजन जिहड़ी आ मैं तुहानूं इस वीडियो विच क्लीयर करके दसूंगा। सो फर्स्ट चीज़ जिहड़ी IRCC ने मंगी हुई है वह हैगी है पेरेंट्स का मैरिज सर्टिफिकेट। पुराने टाइम दे विच पेरेंट्स कोले मैरिज सर्टिफिकेट हुंदे नहीं सीगे क्योंकि उस टाइम दे उत्ते बनदे नहीं हुंदे सीगे। मैरिज सर्टिफिकेट तों अलावा ਆਪਾਂ ਇਕੱਲਾ ਐਫੀਡੈਵਿਟ ਬਣਾ ਕੇ ਵੀ ਨਹੀਂ ਲਾ ਸਕਦੇ ਵੀ ਆਪਣੇ ਕੋਲ ਮੈਰਿਜ ਸਰਟੀਫਿਕੇਟ ਨਹੀਂ ਹੈਗਾ। ਜੇ ਤੁਸੀਂ ਇਸ ਰਿਕੁਆਇਰਮੈਂਟ ਨੂੰ ਫੁਲਫਿਲ ਕਰਨਾ ਆ ਤਾਂ ਤੁਸੀਂ ਦੋ ਅਲੱਗ ਚੀਜ਼ਾਂ ਲਗਾ ਸਕਦੇ ਹੋ ਇਹਦੇ ਵਾਸਤੇ। ਤੁਸੀਂ ਇੰਡੀਆ ਦਾ ਆਧਾਰ ਕਾਰਡ ਜਿਹਦੇ ਵਿੱਚ ਪੇਰੈਂਟਸ ਦਾ ਐਜ਼ ਅ ਹਸਬੈਂਡ ਵਾਈਫ ਨੇਮ ਮੈਂਸ਼ਨ ਕੀਤਾ ਹੁੰਦਾ ਆ। ਜਿਹੜੀ ਸੈਕਿੰਡ ਚੀਜ਼ ਆ ਤੁਸੀਂ ਆਪਣੇ ਪੇਰੈਂਟਸ ਦਾ ਵੋਟਰ ID ਕਾਰਡ ਉਹਦੇ ਵਿੱਚ ਵੀ ਤੁਹਾਡੇ ਪੇਰੈਂਟਸ ਦਾ ਐਜ਼ ਅ ਹਸਬੈਂਡ ਵਾਈਫ ਨੇਮ ਮੈਂਸ਼ਨ ਕੀਤਾ ਹੁੰਦਾ ਆ। ਤੁਸੀਂ ਇਹ ਦੋਨੇ ਪਰੂਫ ਐਜ਼ ਅ ਮੈਰਿਜ ਸਰਟੀਫਿਕੇਟ ਦੀ ਜਗ੍ਹਾ ਤੇ ਲਗਾ ਸਕਦੇ ਹੋ। ਜਿਹੜੀ ਥਰਡ ਚੀਜ਼ ਤੁਸੀਂ ਨਾਲ ਇਹਦੇ ਅਟੈਚ ਕਰ ਸਕਦੇ ਹੋ ਉਹ ਹੈਗਾ ਕਿ ਤੁਸੀਂ ਓਥ ਕਮਿਸ਼ਨਰ ਤੋਂ ਐਫੀਡੈਵਿਟ ਬਣਾ ਕੇ ਲਗਾ ਸਕਦੇ ਹੋ। ਪਰ ਤੁਸੀਂ ਇਕੱਲਾ ਐਫੀਡੈਵਿਟ ਨਹੀਂ ਲਗਾ ਸਕਦੇ ਕਿਉਂਕਿ IRCC ਨੇ ਸਪੈਸੀਫਿਕਲੀ ਮੈਂਸ਼ਨ ਕੀਤਾ ਹੋਇਆ ਕਿ ਇਕੱਲਾ ਐਫੀਡੈਵਿਟ ਨਹੀਂ ਚੱਲ ਸਕਦਾ। ਤੁਹਾਨੂੰ ਨਾਲ ਦੋਨੇ ਪਰੂਫ ਆਧਾਰ ਕਾਰਡ ਇੰਡੀਆ ਦਾ ਅਤੇ ਸੈਕਿੰਡ ਚੀਜ਼ ਵੋਟਰ ID ਕਾਰਡ ਦੋਨੇ ਚੀਜ਼ਾਂ ਨਾਲ ਅਟੈਚ ਕਰਕੇ ਅਤੇ ਥਰਡ ਤੁਸੀਂ ਐਫੀਡੈਵਿਟ ਤਾਂ ਫਿਰ ਨਾਲ ਅਟੈਚ ਕਰ ਸਕਦੇ ਹੋ। ਅਤੇ ਇਸ ਦੇ ਨਾਲ ਤੁਸੀਂ ਇੱਕ ਐਕਸਪਲੇਨੇਸ਼ਨ ਲੈਟਰ ਵੀ ਮੈਂਸ਼ਨ ਕਰਨੀ ਹੈ ਕਿ ਸਾਡੇ ਕੋਲ ਐਫੀਡੈਵਿਟ ਤਾਂ ਲਗਾਇਆ ਆ ਕਿਉਂਕਿ ਆਪਣੇ ਕੋਲ ਮੈਰਿਜ ਸਰਟੀਫਿਕੇਟ ਹੈ ਨਹੀਂ ਸੀਗਾ ਕਿਉਂਕਿ ਉਸ ਟਾਈਮ ਦੇ ਉੱਤੇ ਬਣਦੇ ਨਹੀਂ ਹੁੰਦੇ ਸੀਗੇ। ਇਸ ਕਰਕੇ ਮੈਂ ਇਹ ਦੋ ਐਕਸਟਰਾ ਪਰੂਫ ਨਾਲ ਅਟੈਚ ਕਰ ਰਿਹਾ ਹਾਂ। ਜਿਹੜੀ ਸੈਕਿੰਡ ਕਨਫਿਊਜ਼ਨ ਆਪਣੇ ਕੋਲ ਹੁੰਦੀ ਹੈ ਕਿਉਂਕਿ IRCC ਨੇ ਸਪੋਂਸਰ ਦਾ ਬਰਥ ਸਰਟੀਫਿਕੇਟ ਵੀ ਮੰਗਿਆ। ਜੇ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਸਪੋਂਸਰ ਨੇ ਰਿਲੇਸ਼ਨਸ਼ਿਪ ਸ਼ੋਅ ਕਰਨਾ ਆ ਤਾਂ ਤੁਹਾਨੂੰ ਬਰਥ ਸਰਟੀਫਿਕੇਟ ਵੀ ਨਾਲ ਅਟੈਚ ਕਰਨਾ ਪੈਂਦਾ ਆ ਕਿਉਂਕਿ ਬਰਥ ਸਰਟੀਫਿਕੇਟ ਤੁਹਾਡਾ ਕਈ ਵਾਰੀ ਦੂਸਰੀ ਲੈਂਗੁਏਜ ਦੇ ਵਿੱਚ ਹੁੰਦਾ ਆ, ਕਈਆਂ ਦਾ ਹਿੰਦੀ 'ਚ ਹੁੰਦਾ ਜਾਂ ਪੰਜਾਬੀ 'ਚ ਹੁੰਦਾ, ਅਤੇ ਤੁਹਾਡਾ ਬਰਥ ਸਰਟੀਫਿਕੇਟ ਕਿਸੇ ਹੋਰ ਲੈਂਗੁਏਜ ਦੇ ਵਿੱਚ ਹੈਗਾ ਤਾਂ ਤੁਸੀਂ ਮੇਕ ਸ਼ੋਰ ਇਹ ਕਰਨਾ ਹੈ ਕਿ ਤੁਸੀਂ ਆਪਣੇ ਬਰਥ ਸਰਟੀਫਿਕੇਟ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਵਾ ਲੈਣਾ ਆ। ਸੋ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਵਾਉਣ ਤੋਂ ਬਾਅਦ ਤੁਸੀਂ ਉਹਨੂੰ ਨੋਟਰੀ ਅਟੈਸਟ ਜ਼ਰੂਰ ਕਰਵਾਉਣਾ ਆ ਅਤੇ ਜਦੋਂ ਤੁਸੀਂ ਇਹਨੂੰ ਅਟੈਚ ਕਰਨਾ ਨਾਲ ਔਨਲਾਈਨ ਅਤੇ ਤੁਸੀਂ ਆਪਣਾ ਓਰੀਜਨਲ ਸਰਟੀਫਿਕੇਟ ਉਹਨੂੰ ਵੀ ਤੁਸੀਂ ਸਕੈਨ ਕਰਨਾ ਆ, ਜਿਹੜਾ ਤੁਸੀਂ ਇੰਗਲਿਸ਼ 'ਚ ਟ੍ਰਾਂਸਲੇਟ ਕਰਵਾਇਆ ਨੋਟਰੀ ਅਟੈਸਟ ਕਰਵਾਇਆ ਉਹਨੂੰ ਵੀ ਨਾਲ ਦੋਨਾਂ ਨੂੰ ਸਕੈਨ ਕਰਕੇ ਔਨਲਾਈਨ ਅਪਲੋਡ ਕਰਨਾ ਆ। ਸੋ ਕਈਆਂ ਕੋਲ ਬਰਥ ਸਰਟੀਫਿਕੇਟ ਸਪੋਂਸਰ ਦਾ ਨਹੀਂ ਹੁੰਦਾ, ਸੋ ਉਹਦੇ ਵਿੱਚ ਆਪਣੇ ਕੋਲ ਹੋਰ ਡਿਫਰੈਂਟ ਟਾਈਪਸ ਦੇ ਆਪਾਂ ਡਾਕੂਮੈਂਟਸ ਨਾਲ ਲਗਾ ਸਕਦੇ ਹਾਂ। ਅਤੇ ਜਿਹੜਾ ਕਿ ਫਸਟ ਡਾਕੂਮੈਂਟ ਤੁਸੀਂ ਹੋਰ ਜਿਹੜਾ ਐਕਸਟਰਾ ਲਗਾ ਸਕਦੇ ਹੋ ਉਹ ਹੈਗਾ ਤੁਸੀਂ ਸਕੂਲ ਦਾ ਸਰਟੀਫਿਕੇਟ। ਜੇ ਤੁਹਾਡੇ ਕੋਲ +2 ਦਾ, 10th ਦਾ, 8th ਦਾ ਸਰਟੀਫਿਕੇਟ ਤੁਹਾਡੇ ਕੋਲ ਸਕੂਲ ਵਾਲਾ ਹੈਗਾ ਆ, ਤੁਸੀਂ ਉਹ ਨਾਲ ਅਟੈਚ ਕਰ ਸਕਦੇ ਹੋ ਕਿਉਂਕਿ ਉਹਦੇ ਵਿੱਚ ਤੁਹਾਡੇ ਪੇਰੈਂਟਸ ਦਾ ਫਸਟ ਨੇਮ, ਲਾਸਟ ਨੇਮ ਦੋਨਾਂ ਦਾ ਮਦਰ ਅਤੇ ਫਾਦਰ ਦਾ ਮੈਂਸ਼ਨ ਕੀਤਾ ਹੁੰਦਾ ਆ। ਅਤੇ ਜਿਹੜਾ ਸੈਕਿੰਡ ਪਰੂਫ ਤੁਸੀਂ ਉਹਦੇ ਨਾਲ ਲਗਾ ਸਕਦੇ ਹੋ, ਤੁਸੀਂ ਆਪਣਾ ਇੰਡੀਅਨ ਪਾਸਪੋਰਟ। ਜੇ ਤਾਂ ਸਪੋਂਸਰ ਇੰਡੀਅਨ ਸਿਟੀਜ਼ਨ ਹੈਗਾ ਅਤੇ ਉਹਦੇ ਕੋਲ ਪਰਮਾਨੈਂਟ ਰੈਜੀਡੈਂਟ ਕਾਰਡ ਆ ਕੈਨੇਡਾ ਦਾ, ਤਾਂ ਤੁਸੀਂ ਇੰਡੀਆ ਦਾ ਪਾਸਪੋਰਟ ਤੁਸੀਂ ਨਾਲ ਅਟੈਚ ਕਰ ਸਕਦੇ ਹੋ ਅਤੇ ਨਾਲ ਤੁਸੀਂ ਇੰਡੀਆ ਦੇ ਜਿਹੜੇ ਸਰਟੀਫਿਕੇਟ ਆ ਸਕੂਲ ਵਾਲੇ ਉਹ ਨਾਲ ਅਟੈਚ ਕਰ ਸਕਦੇ ਹੋ। ਪਰ ਜੇ ਸਪੋਂਸਰ ਕੈਨੇਡੀਅਨ ਸਿਟੀਜ਼ਨ ਹੈਗਾ ਆ ਅਤੇ ਉਹਦੇ ਕੋਲ ਇੰਡੀਅਨ ਪਾਸਪੋਰਟ ਕੈਂਸਲਡ ਹੋ ਜਾਂਦਾ ਆ, ਅਤੇ ਤੁਸੀਂ ਕੈਂਸਲਡ ਪਾਸਪੋਰਟ ਵੀ ਨਾਲ ਲਗਾ ਸਕਦੇ ਹੋ ਇੰਡੀਆ ਵਾਲਾ, ਕਿਉਂਕਿ IRCC ਨੇ ਇਹ ਮੈਂਸ਼ਨ ਕੀਤਾ ਹੋਇਆ ਕਿ ਉਹ ਕੈਂਸਲਡ ਪਾਸਪੋਰਟ ਉਹ ਵੀ ਐਕਸੈਪਟ ਕਰ ਲੈਂਦੇ ਆ। ਅਤੇ ਜਦੋਂ ਸਪੋਂਸਰ ਕੈਨੇਡੀਅਨ ਸਿਟੀਜ਼ਨ ਹੋ ਜਾਂਦਾ ਆ ਅਤੇ ਉਹਦੇ ਕੋਲ OCI ਕਾਰਡ ਹੈਗਾ ਆ, ਅਤੇ OCI ਕਾਰਡ ਦੇ ਵਿੱਚ ਵੀ ਤੁਹਾਡੇ ਪੇਰੈਂਟਸ ਦਾ ਫਸਟ ਨੇਮ, ਲਾਸਟ ਨੇਮ ਐਜ਼ ਅ ਮਦਰ ਫਾਦਰ ਮੈਂਸ਼ਨ ਕੀਤਾ ਹੁੰਦਾ ਆ, ਤੁਸੀਂ ਐਜ਼ ਅ ਪਰੂਫ ਆਫ ਰਿਲੇਸ਼ਨਸ਼ਿਪ ਤੁਸੀਂ ਉਹ ਵੀ ਨਾਲ ਸ਼ੋਅ ਕਰ ਸਕਦੇ ਹੋ। ਜੇ ਤੁਸੀਂ ਸਪੋਂਸਰ ਦਾ ਰਿਲੇਸ਼ਨਸ਼ਿਪ ਪੇਰੈਂਟਸ ਨਾਲ ਸ਼ੋਅ ਕਰਨਾ ਆ, ਤੁਸੀਂ ਬਰਥ ਸਰਟੀਫਿਕੇਟ, ਆਪਣੇ ਸਕੂਲ ਦੇ ਸਰਟੀਫਿਕੇਟ, ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈਗਾ ਤੁਸੀਂ ਉਹ ਸ਼ੋਅ ਕਰ ਸਕਦੇ ਹੋ, ਜੇ ਤੁਹਾਡਾ ਪਾਸਪੋਰਟ ਕੈਂਸਲ ਵੀ ਹੋ ਗਿਆ ਤੁਸੀਂ ਉਹ ਵੀ ਨਾਲ ਅਟੈਚ ਕਰ ਸਕਦੇ ਹੋ, ਜਿਹੜਾ 5th ਚੀਜ਼ ਤੁਸੀਂ ਨਾਲ ਐਡ ਕਰ ਸਕਦੇ ਹੋ OCI ਕਾਰਡ। ਸੋ ਇਹ ਸਾਰੇ ਡਾਕੂਮੈਂਟ ਐਜ਼ ਅ ਬਰਥ ਪਰੂਫ, ਬਰਥ ਸਰਟੀਫਿਕੇਟ ਤੁਹਾਡੇ ਨਾਲ ਚੱਲ ਸਕਦੇ ਆ, ਤੁਹਾਡੇ ਪੇਰੈਂਟਸ ਦੇ ਨਾਲ ਰਿਲੇਸ਼ਨਸ਼ਿਪ ਸ਼ੋਅ ਕਰ ਸਕਦੇ ਹੋ ਤੁਸੀਂ ਇਹ ਸਾਰੇ ਡਾਕੂਮੈਂਟਸ ਦੇ ਨਾਲ। ਸੋ ਜੇ ਬਰਥ ਸਰਟੀਫਿਕੇਟ ਨਹੀਂ ਵੀ ਹੈਗਾ ਤੁਸੀਂ ਇਹ ਸਾਰੇ ਡਾਕੂਮੈਂਟਸ ਲਗਾਓਗੇ ਤਾਂ ਵੀ ਤੁਹਾਡੀ ਐਪਲੀਕੇਸ਼ਨ ਅਪਰੂਵ ਹੋ ਜਾਊਗੀ। ਜਿਹੜੀ ਲਾਸਟ ਕਨਫਿਊਜ਼ਨ ਆਪਣੇ ਕੋਲ ਹੁੰਦੀ ਹੈ ਉਹ ਹੈਗੀ ਹੈ ਚੈੱਕਲਿਸਟ ਦੇ ਵਿੱਚ ਦੱਸਿਆ ਹੋਇਆ ਕਿ ਤੁਸੀਂ ਯੂਜ਼ ਆਫ ਰੈਪ੍ਰਜੈਂਟੇਟਿਵ ਫਾਰਮ ਜਿਹੜਾ IMM 5476E, ਇਹ ਵੀ ਉਹਨਾਂ ਨੇ ਦੱਸਿਆ ਹੋਇਆ ਕਿ ਤੁਸੀਂ ਇਹ ਵੀ ਭਰਨਾ ਆ। ਪਰ ਕਈ ਐਪਲੀਕੈਂਟਸ ਦੀ ਇਹ ਕਨਫਿਊਜ਼ਨ ਹੁੰਦੀ ਹੈ ਕਿ ਆਪਾਂ ਇਹ ਫਾਰਮ ਭਰਨਾ ਆ ਜਾਂ ਨਹੀਂ ਭਰਨਾ ਅਤੇ ਕਿਹਨੇ ਭਰਨਾ ਅਤੇ ਕਿਹਨੇ ਨਹੀਂ ਭਰਨਾ। ਸੋ ਇਹਦੀ ਇਹ ਕਨਫਿਊਜ਼ਨ ਨੂੰ ਮੈਂ ਦੂਰ ਕਰਨ ਵਾਸਤੇ ਤੁਹਾਨੂੰ ਦੱਸ ਦਿੰਦਾ ਹਾਂ। ਸੋ ਇਹ ਫਾਰਮ ਉਸ ਕਰਕੇ ਭਰਨਾ ਹੁੰਦਾ ਹੈ ਕਿ ਜੇ ਤੁਸੀਂ ਕਿਸੇ ਨੂੰ ਆਪਣੀ ਜਗ੍ਹਾ 'ਤੇ ਹੋਰ ਆਥੋਰਾਈਜੇਸ਼ਨ ਦੇਣੀ ਹੈ ਕਿ ਜਦੋਂ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋ ਰਹੀ ਹੈ ਅਤੇ ਉਹਦੇ ਵਿੱਚ ਤੁਸੀਂ ਕੋਈ ਵੀ ਹੋਰ ਇਨਫੋਰਮੇਸ਼ਨ ਲੈਣੀ ਆ IRCC ਤੋਂ, ਅਤੇ ਤੁਸੀਂ ਜਾਂ ਫੋਨ ਕਾਲ ਕਰਕੇ ਪੁੱਛਣਾ ਆ ਜਾਂ ਕਿਸੇ
ਹੋਰ ਮੀਡੀਅਮ ਨਾਲ ਤੁਸੀਂ ਪੁੱਛਣਾ ਹੈ, ਈਮੇਲ ਕਰਕੇ ਪੁੱਛਣਾ ਆ, ਤਾਂ ਤੁਸੀਂ ਕਿਸੇ ਹੋਰ ਨੂੰ ਅਥਾਰਟੀ ਦੇਣਾ ਚਾਹੁੰਦੇ ਹੋ ਕਿ ਤੁਹਾਡੀ ਇਨਫੋਰਮੇਸ਼ਨ ਕਿਸੇ ਹੋਰ ਨੂੰ ਦੇਣੀ ਤੁਸੀਂ ਚਾਹੁੰਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ? ਕਿਉਂਕਿ ਤੁਹਾਡੇ ਪੇਰੈਂਟਸ ਨੂੰ ਕਈ ਵਾਰ ਇੰਗਲਿਸ਼ ਨਹੀਂ ਆਉਂਦੀ ਹੁੰਦੀ, ਜੇ ਤੁਸੀਂ ਕਾਲ ਕਰਕੇ ਆਪਣਾ ਸਟੇਟਸ ਵੀ ਪੁੱਛਣਾ ਆ ਤਾਂ ਤੁਸੀਂ ਤੁਹਾਡੇ ਪੇਰੈਂਟਸ ਇਕੱਲੇ ਕਿਵੇਂ ਕਾਲ ਕਰ ਲੈਣਗੇ? ਸੋ ਇਸ ਕਰਕੇ ਤੁਸੀਂ ਯੂਜ਼ ਆਫ ਰੈਪ੍ਰਜੈਂਟੇਟਿਵ ਫਾਰਮ ਭਰਨਾ ਹੁੰਦਾ ਹੈ ਵੀ ਤੁਸੀਂ ਆਪਣੀ ਅਥਾਰਟੀ ਕਿਸੇ ਹੋਰ ਨੂੰ ਦੇਣੀ ਹੈ ਜਾਂ ਨਹੀਂ ਦੇਣੀ। ਸੇ ਫੋਰ ਐਗਜ਼ਾਮਪਲ, ਤੁਸੀਂ ਆਪਣੀ ਫਾਈਲ ਆਪ ਹੀ ਖੁਦ ਲਗਾ ਰਹੇ ਹੋ ਤਾਂ ਤੁਸੀਂ ਐਜ਼ ਅ ਰੈਪ੍ਰਜੈਂਟੇਟਿਵ ਜਿਹੜਾ ਸਪੋਂਸਰ ਆ ਉਹਨੂੰ ਵੀ ਤੁਸੀਂ ਐਜ਼ ਅ ਰੈਪ੍ਰਜੈਂਟੇਟਿਵ ਬਣਾ ਸਕਦੇ ਹੋ। ਜੇ ਤੁਸੀਂ ਆਪਣੇ ਸਪੋਂਸਰ ਨੂੰ ਰੈਪ੍ਰਜੈਂਟੇਟਿਵ ਬਣਾਉਣਾ ਹੈ, ਉਹਨੂੰ ਅਥਾਰਟੀ ਦੇਣੀ ਹੈ, ਤਾਂ ਤੁਸੀਂ ਇਹ ਫਾਰਮ ਫਿਲ ਕਰਨਾ ਆ। ਸੋ ਯੂਜ਼ ਆਫ ਰੈਪ੍ਰਜੈਂਟੇਟਿਵ ਫਾਰਮ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਸੈਕਿੰਡ ਕਾਲਮ ਹੈ ਉਹਦੇ ਵਿੱਚ ਅਪੁਆਇੰਟਮੈਂਟ ਆਫ ਰੈਪ੍ਰਜੈਂਟੇਟਿਵ, ਇਹਦੇ ਵਿੱਚ ਤੁਸੀਂ ਰੈਪ੍ਰਜੈਂਟੇਟਿਵ ਦਾ ਨਾਮ ਫਿਲ ਕਰਨਾ ਹੈ, ਜਿਹੜਾ ਤੁਹਾਡਾ ਸਪੋਂਸਰ ਆ ਤੁਸੀਂ ਉਹਦਾ ਨਾਮ ਵੀ ਫਿਲ ਕਰ ਸਕਦੇ ਹੋ। ਅਤੇ ਇੱਥੇ ਤੁਸੀਂ ਸੈਕਸ਼ਨ 6 ਜਿਹੜਾ ਹੈਗਾ ਯੂਅਰ ਰੈਪ੍ਰਜੈਂਟੇਟਿਵ, ਉਹਦੇ ਵਿੱਚ ਤੁਸੀਂ ਅਨਕੰਪਨਸੇਟਿਡ 'ਤੇ ਵੀ ਟਿੱਕ ਮਾਰਕ ਕਰਨਾ ਹੈ ਕਿ ਜਿਹੜਾ ਤੁਹਾਡਾ ਫੈਮਿਲੀ ਮੈਂਬਰ ਆ ਜਾਂ ਫਿਰ ਤੁਹਾਡਾ ਫਰੈਂਡ ਹੈ ਉਹ ਇੱਕ ਐਜ਼ ਅ ਰਿਪ੍ਰਜੈਂਟੇਟਿਵ ਬਣ ਰਿਹਾ ਤੁਹਾਡੇ ਵਾਸਤੇ, ਤਾਂ ਤੁਸੀਂ ਇੱਥੇ ਟਿੱਕ ਕਰਕੇ ਅਤੇ ਆਪਣਾ ਬਾਕੀ ਫੋਰਮ ਫਿਲ ਆਊਟ ਕਰ ਦੇਣਾ ਹੈ। ਅਤੇ ਜੇ ਤੁਸੀਂ ਆਪਣੇ ਕਿਸੇ ਏਜੰਟ ਤੋਂ ਫਾਈਲ ਲਗਾ ਰਹੇ ਹੋ ਤਾਂ ਤੁਹਾਨੂੰ ਇੱਥੇ ਕੰਪਨਸੇਟਿਡ ਕਰਨਾ ਪਊਗਾ। ਜਿਹੜਾ ਨੈਕਸਟ ਕਾਲਮ ਹੈਗਾ ਉਹਦੇ ਵਿੱਚ ਕੰਪਨਸੇਟਿਡ ਐਂਡ ਇਜ਼ ਅ ਮੈਂਬਰ ਇਨ ਅ ਗੁੱਡ ਸਟੈਂਡਿੰਗ, ਅਤੇ ਉਹਦੀ ਤੁਹਾਨੂੰ ਆਪਣੇ ਜਿਹੜਾ ਤੁਹਾਡਾ ਏਜੰਟ ਹੈਗਾ ਉਹਨੂੰ ਇੱਥੇ ਸਾਰਾ ਕੁਝ ਫਿਲ ਆਊਟ ਕਰਨਾ ਪੈਂਦਾ ਆ। ਸੋ ਜਿਹੜਾ ਇਹ ਫਾਰਮ ਆ ਇਹ ਮੇਨਲੀ ਉਸੇ ਕਰਕੇ ਆ ਕਿ ਤੁਸੀਂ ਕਿਹਨੂੰ ਅਪੁਆਇੰਟ ਕਰਨਾ ਚਾਹ ਰਹੇ ਹੋ ਐਜ਼ ਅ ਰੈਪ੍ਰਜੈਂਟੇਟਿਵ। ਜੇ ਤੁਸੀਂ ਕਿਸੇ ਨੂੰ ਐਜ਼ ਅ ਰੈਪ੍ਰਜੈਂਟੇਟਿਵ ਅਪੁਆਇੰਟ ਕਰਨਾ ਚਾਹ ਰਹੇ ਹੋ ਤਾਂ ਤੁਸੀਂ ਇਹ ਫਾਰਮ ਫਿਲ ਆਊਟ ਕਰਨਾ ਆ। ਜੇ ਤੁਹਾਡੇ ਪੇਰੈਂਟਸ ਕਿਸੇ ਨੂੰ ਵੀ ਅਪੁਆਇੰਟ ਨਹੀਂ ਕਰਨਾ ਚਾਹੁੰਦੇ ਐਜ਼ ਅ ਰੈਪ੍ਰਜੈਂਟੇਟਿਵ, ਤਾਂ ਉਹ ਆਪਣੇ ਆਪ ਹੀ ਆਪਣੀ ਅਕਨੋਲਜਮੈਂਟ ਰਿਸੀਵ ਕਰ ਸਕਦੇ ਆ ਅਤੇ ਬਾਅਦ 'ਚ ਕਮਿਊਨੀਕੇਸ਼ਨ ਕਰ ਸਕਦੇ ਆ IRCC ਦੇ ਨਾਲ, ਤਾਂ ਤੁਹਾਨੂੰ ਕਿਸੇ ਨੂੰ ਵੀ ਰੈਪ੍ਰਜੈਂਟੇਟਿਵ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ। ਜੇ ਤੁਹਾਨੂੰ ਹੋਰ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਆ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨ ਨੂੰ ਅਪਲਾਈ ਕਰਨ ਵਾਸਤੇ, ਅਤੇ ਉਹਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟਸ ਹੋਰ ਲੱਗਦੇ ਆ, ਸਪੋਰਟਿੰਗ ਡਾਕੂਮੈਂਟਸ ਕਿਹੜੇ ਕਿਹੜੇ ਤੁਸੀਂ ਨਾਲ ਅਟੈਚ ਕਰ ਸਕਦੇ ਹੋ, ਅਤੇ ਤੁਸੀਂ ਮੇਰੀ ਜਿਹੜੀ ਮੋਸਟ ਰੀਸੈਂਟ ਵੀਡੀਓ ਮੇਰੀ ਲਾਸਟ ਵੀਡੀਓ ਉਹਨੂੰ ਜਾ ਕੇ ਚੈੱਕਆਊਟ ਕਰ ਸਕਦੇ ਹੋ। ਅਤੇ ਇਹ ਸਾਰੀ ਇਨਫੋਰਮੇਸ਼ਨ ਮੈਂ ਆਪਣੀ ਐਪਲੀਕੇਸ਼ਨ ਦੇ ਅਕੋਰਡਿੰਗ ਤੁਹਾਨੂੰ ਦੱਸ ਰਿਹਾ ਹਾਂ ਕਿ ਜਿਹੜੀ ਮੇਰੀ ਐਪਲੀਕੇਸ਼ਨ ਸੀਗੀ ਉਹਦੇ ਵਿੱਚ ਮੈਂ ਇਹੀ ਡਾਕੂਮੈਂਟਸ ਲਗਾਏ ਸੀਗੇ ਲਾਸਟ ਈਅਰ 2022 ਦੇ ਵਿੱਚ, ਅਤੇ ਜਿਹੜੀ ਮੇਰੀ ਐਪਲੀਕੇਸ਼ਨ ਆ ਉਹ ਆਲਮੋਸਟ 9 ਮੰਥਸ ਦੇ ਵਿੱਚ ਅਪਰੂਵ ਹੋ ਕੇ ਆ ਗਈ ਸੀਗੀ, ਅਤੇ ਮੇਰੇ ਕੋਲੋਂ ਹੋਰ ਵੀ ਕੋਈ ਵੀ ਐਕਸਟਰਾ ਡਾਕੂਮੈਂਟ IRCC ਨੇ ਨਹੀਂ ਮੰਗਿਆ ਸੀਗਾ। ਸੋ ਜੇ ਤੁਸੀਂ ਵੀ ਇਹ ਸਾਰੇ ਡਾਕੂਮੈਂਟਸ ਨਾਲ ਫਸਟ ਟਾਈਮ ਦੇ ਵਿੱਚ ਹੀ ਅਟੈਚ ਕਰ ਦਿੰਦੇ ਹੋ ਤਾਂ ਤੁਹਾਨੂੰ ਵੀ ਕੋਈ ਹੋਰ ਡਾਕੂਮੈਂਟੇਸ਼ਨ ਨਹੀਂ ਮੰਗਿਆ ਜਾਊਗਾ, ਅਤੇ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਫਸਟ ਟਾਈਮ ਹੀ ਅਪਰੂਵ ਹੋ ਜਾਊਗੀ ਵਿਦਾਊਟ ਐਨੀ ਡਾਕੂਮੈਂਟੇਸ਼ਨ ਆਸ। ਜੇ ਤੁਸੀਂ ਚੈਨਲ 'ਤੇ ਨਵੇਂ ਹੋ ਜਾਂ ਤੁਸੀਂ ਤੁਹਾਨੂੰ ਵੀਡੀਓ ਵਧੀਆ ਲੱਗੀ ਆ, ਤੁਸੀਂ ਪਲੀਜ਼ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਚਲੋ ਥੈਂਕ ਯੂ ਐਂਡ ਮਿਲਦੇ ਹਾਂ ਨਿਊ ਵੀਡੀਓ ਦੇ ਵਿੱਚ।